ਲਓ ਵੀ ਮਿੱਤਰੋ ਹੁਣ ਦਿਨ ਚੜ੍ਹ ਗਿਆ ਆਪਣਾ ਤੀਜਾ ਟਰੈਵਲ ਦਾ ਯਾਤਰਾ ਦਾ ਮਤਲਬ ਕਿ ਅਤੇ ਹੁਣ ਆਪਾਂ ਨਹਾਉਣ ਨੂੰ ਕਿ ਹੋ ਗਿਆ ਤਿਆਰ। ਕੱਲ੍ਹ ਯਾਰ ਮੈਂ ਕੁਛ ਨਹੀਂ ਕੀਤਾ, ਕੱਲ੍ਹ ਬਹੁਤ ਥੱਕ ਗਏ ਸੀ, 12 ਘੰਟੇ ਦਾ ਟਰੈਵਲ ਹੋ ਗਿਆ ਸੀਗਾ, ਰਸਤੇ 'ਚ ਬਹੁਤ ਟ੍ਰੈਫਿਕ ਹੁੰਦਾ, ਪਤਾ ਨਹੀਂ ਯਾਰ ਕਿਉਂ ਇੰਨਾ ਟਾਈਮ ਲੱਗ ਜਾਂਦਾ, ਪਰ ਲੱਗਦਾ ਹੀ ਹੁੰਦਾ। ਬਸ ਫਿਰ ਹੁਣ ਚੱਲਦੇ ਹਾਂ ਆਪਾਂ ਯਾਤਰਾ ਕਰਦੇ ਹਾਂ ਆਪਣੀ ਸ਼ੁਰੂ। ਅਤੇ ਆਹ ਦੇਖ ਲਓ, ਇੱਥੇ ਆਪਾਂ ਕਮਰਾ ਲਿਆ ਸੀ ਗੁਰਦੁਆਰੇ ਦੇ ਵਿੱਚ, ਗੁਰਦੁਆਰਾ ਇੱਧਰ ਬਾਹਰ ਆ, ਗੁਰਦੁਆਰੇ 'ਚ ਤਾਂ ਕਮਰਾ ਮਿਲਿਆ ਨਹੀਂ, ਗੁਰਦੁਆਰਾ ਵਾਲੇ ਕਹਿੰਦੇ ਨਹੀਂ ਹੈਗਾ ਕਮਰਾ, ਬਾਕੀ ਉਹਨਾਂ ਨੂੰ ਪਤਾ ਕਮਰਾ ਹੈਗਾ ਕਿ ਨਹੀਂ ਹੈਗਾ। ਅਤੇ ਬਸ ਹੁਣ ਇੱਥੇ ਪੈਕ ਕਰਕੇ ਜਿਹੜੇ ਆਹ ਕੱਪੜੇ ਆ ਇਹਨਾਂ ਨੂੰ ਰੱਖਣਾ ਆਪਣਾ ਗੱਡੀ 'ਚ, ਗੱਡੀ 'ਚ ਰੱਖ ਕੇ ਡੰਡਾ ਲੈ ਕੇ ਬਸ ਤੁਰ ਪੈਣਾ ਆਪਾਂ, ਬਸ ਤੁਹਾਨੂੰ ਦਿਖਾਉਂਦੇ ਹਾਂ ਹੁਣ ਅਸਲੀ ਯਾਤਰਾ ਹੁੰਦੀ ਕੀ ਆ। ਆਹ ਕਮਰਾ ਸੀਗਾ ਦੇਖ ਲਓ, 2000 ਰੁਪਏ ਦਾ ਮਿਲਿਆ ਸੀਗਾ ਇਹ, 2010 ਹੀ ਮਿਲਿਆ ਇੱਥੇ। ਆਪਾਂ ਆਪਣੀ ਯਾਤਰਾ ਨੂੰ ਆਰੰਭ ਕਰਨ ਲੱਗੇ ਹਾਂ, ਅਤੇ ਸ਼ੁਰੂ ਕਰਨ ਤੋਂ ਪਹਿਲਾਂ ਸਮਾਨ ਜਿਹੜਾ ਬਚਿਆ ਕੁਚਿਆ ਸੀਗਾ, ਜਿਹੜੇ ਕੱਪੜੇ ਸੀ ਗੰਦੇ, ਉਹ ਰੱਖਦੇ ਹਾਂ ਗੱਡੀ 'ਚ, ਗੱਡੀ ਕੱਪੜੇ ਰੱਖ ਕੇ ਫਿਰ ਆਪਾਂ ਵਧਾਂਗੇ ਅੱਗੇ। ਬਾਕੀ ਨਜ਼ਾਰਾ ਬਹੁਤ ਹੈ ਇੱਥੇ, ਖੂਬਸੂਰਤ ਬਹੁਤ ਵਧੀਆ ਵਿਊ ਹੈ ਇੱਥੇ। ਜਾਣ ਤੋਂ ਪਹਿਲਾਂ ਆਪਾਂ ਪਹਿਲਾਂ ਗੁਰਦੁਆਰੇ ਮੱਥਾ ਟੇਕਾਂਗੇ ਫਿਰ ਚੱਲਾਂਗੇ। ਮੋਟਰਸਾਈਕਲ 'ਤੇ ਆਉਣ ਦਾ ਵੀ ਅਲੱਗ ਹੀ ਨਜ਼ਾਰਾ, ਅਤੇ ਲੋਕ ਪਤਾ ਨਹੀਂ ਕਿੱਥੋਂ ਕਿੱਥੇ ਬੜੀ ਦੂਰੋਂ ਦੂਰੋਂ ਆਉਂਦੇ ਇੱਥੇ। ਹੁਣ ਆਪਾਂ ਲੰਗਰ ਛੱਕ ਲਿਆ ਅਤੇ ਬਸ ਹੁਣ ਜਾਣ ਦੀ ਤਿਆਰੀ ਆ, ਸਾਰਾ ਪੈਕ ਕਰ ਲਿਆ, ਬੂਟ ਬਾਟ ਪਾ ਕੇ ਚਲੋ। ਬਸ ਮੱਥਾ ਟੇਕ ਲਿਆ, ਲੰਗਰ ਛੱਕ ਲਿਆ, ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ। ਆਹ ਪੁਲ 'ਤੇ ਪੁਲ ਵਧਣਾ ਅੱਗੇ, ਆਹ ਗੁਰਦੁਆਰਾ ਵਾ, ਗੁਰਦੁਆਰੇ 'ਚ ਹੁਣ ਆਪਾਂ ਨਿਕਲ ਗਏ ਹਾਂ, ਚਲੋ। 8:06 ਸਾਡੀ ਯਾਤਰਾ ਸ਼ੁਰੂ ਹੋਈ ਹੈ, ਅਤੇ ਹੁਣ ਦੇਖਦੇ ਹਾਂ ਕਿੰਨੇ ਵਜੇ ਉੱਪਰ ਜਾ ਕੇ ਪਹੁੰਚਦੇ ਹਾਂ। ਇੱਥੇ ਜਿੰਨੀਆਂ ਗੱਡੀਆਂ ਖੜੀਆਂ ਨੇ ਨਾ, ਇਹ ਸਾਰੀਆਂ 4 ਕਿਲੋਮੀਟਰ ਦਾ ਜਿਹੜਾ ਟਰੈਕ ਆਉਂਦਾ, ਇਹਨਾਂ ਕਰਕੇ ਸੌਖਾ ਹੋ ਜਾਂਦਾ। 4 ਕਿਲੋਮੀਟਰ ਤੱਕ ਆਪਾਂ ਲਾਹ ਜਾਂਦੇ ਆ, ਉੱਥੋਂ ਦੀ ਟਰੈਕਿੰਗ ਸ਼ੁਰੂ ਹੁੰਦੀ ਆ, ਕਿਉਂਕਿ ਉਸ ਤੋਂ ਗੱਡੀ ਵੀ ਨਹੀਂ ਜਾਂਦੀ ਹੈਗੀ, ਬਾਈਕ ਵਗੈਰਾ ਵੀ ਉੱਥੇ ਤੱਕ ਜਾਂਦਾ, ਪਰ ਉੱਥੇ ਜਾ ਕੇ ਇੱਕ ਟਾਈਮ 'ਤੇ ਜਾ ਕੇ ਤਾਂ ਬਾਈਕ ਵੀ ਉੱਥੇ ਖੜਾਉਣਾ ਪੈਂਦਾ, ਉੱਥੇ ਹੈਗੀ ਪਾਰਕਿੰਗ। 50 ਰੁਪਏ ਆ ਪਰ ਪਰਸਨ, ਇੱਕ ਬੰਦੇ ਦੇ 50 ਰੁਪਏ ਬਹਿ ਗਏ ਹਾਂ ਗੱਡੀ 'ਚ, 50 ਰੁਪਏ ਆ ਇੱਕ ਜਣੇ ਨੇ 4 ਕਿਲੋਮੀਟਰ ਛੱਡ ਗਿਆ ਉਹ ਗੱਡੀ, ਲਓ ਜੀ ਗੱਡੀ ਚੱਲ ਪਈ ਆ, ਬਹਿ ਗਏ ਹਾਂ। ਲਓ ਵੀ ਰੁਕ ਗਈ ਗੱਡੀ ਇੱਥੇ ਹੁਣ, ਚਲੋ ਜੀ ਇੱਥੇ ਹੁਣ ਗੱਡੀ ਨੇ ਲਾਤਾ, ਅਤੇ ਹੁਣ ਇੱਥੋਂ ਸਾਰਾ ਟਰੈਕ ਹੋਊਗਾ ਪੈਦਲ, ਪੈਦਲ ਟਰੈਕ ਹੋਣਾ, ਟਰੈਕ ਬਹੁਤ ਸੋਹਣਾ ਹੋਣ ਵਾਲਾ, ਅਰਦਾਸ ਹੁੰਦੀ ਵੀ ਮੇਰੇ ਖਿਆਲ ਨਾਲ, ਪਿੱਛੇ ਆਂਟੀ ਹੁਣੇ ਅਰਦਾਸ ਕਰਦੇ ਪਏ ਆ। ਜਿਹੜੇ ਬੰਦੇ ਮੋਟਰਸਾਈਕਲ ਲੈ ਕੇ ਆਉਂਦੇ, ਮੋਟਰਸਾਈਕਲ ਇੱਥੇ ਲੱਗਦਾ, ਦੇਖੋ ਇੱਥੇ ਤੱਕ ਨਾ ਮੋਟਰਸਾਈਕਲ ਲੱਗਦਾ, ਇਸ ਤੋਂ ਅੱਗੇ ਮੋਟਰਸਾਈਕਲ ਨਹੀਂ ਜਾਂਦਾ ਹੈਗਾ, ਇਸ ਤੋਂ ਅੱਗੇ ਸਾਰਾ ਟਰੈਕ ਹੈਗਾ ਪੈਦਲ। ਨਜ਼ਾਰਾ ਬਹੁਤ ਸੋਹਣਾ ਇੱਥੇ ਯਾਰਾ, ਦੇਖੋ ਟਰੈਕ ਦੇ ਸਟਾਰਟਿੰਗ 'ਚ ਪਿੰਡ ਆਉਂਦਾ ਜਿਹਦਾ ਨਾਮ ਹੈਗਾ ਪੁਲਨਾ, ਪੁਲਨਾ ਪਤਾ ਨਹੀਂ ਸਹੀ ਬੋਲ ਰਿਹਾ ਗਲਤ ਬੋਲ ਰਿਹਾ, ਤਾਂ ਲਿਖਿਆ ਪੁਲਨਾ ਹੈਗਾ। ਇਸ ਤੋਂ ਸਾਰਾ ਟਰੈਕ ਹੁੰਦਾ ਸਟਾਰਟ, ਟਰੈਕ ਕਰਤਾ ਆਪਾਂ ਸਟਾਰਟ, ਅਤੇ ਸਾਹ ਚੜ੍ਹਨਾ ਸ਼ੁਰੂ ਹੋ ਗਿਆ। ਹਿੰਮਤ ਚਾਹੀਦੀ ਆ ਹਿੰਮਤ ਟਰੈਕ ਕਰਨ ਨੂੰ, ਬੰਦਾ ਤਾਂ ਇੱਥੇ ਯਾਰ ਕੁਦਰਤ ਦੇ ਨਜ਼ਾਰੇ ਦੇਖਦਾ ਦੇਖਦਾ ਹੀ ਉੱਪਰ ਤੱਕ ਪਹੁੰਚ ਜਾਂਦਾ, ਸੁਣਿਆ ਹੀ ਆ ਸਾਰਿਆਂ ਤੋਂ, ਪਰ ਆਪਾਂ ਵੀ ਕਿਹੜਾ ਹਟਦੇ ਹਾਂ। ਜਿਹੜੇ ਬੰਦੇ ਇੱਥੇ ਤੁਰਿਆ ਨਹੀਂ ਜਾਂਦਾ ਹੈਲੀਕਾਪਟਰ ਵੀ ਕਰ ਸਕਦਾ। ਹੈਲੀਕਾਪਟਰ ਦਾ ਵੀ ਹਿਸਾਬ ਕਿਤਾਬ ਹੈਗਾ ਇੱਥੇ, ਹੈਲੀਕਾਪਟਰ ਦਾ ਪੂਰਾ ਉੱਪਰ ਤੱਕ ਨਹੀਂ ਜਾਂਦਾ ਰਹਿ ਗਏ,
ਥੋੜਾ ਥੱਲੇ ਲਾ ਦਿੰਦਾ। ਕਦੇ ਟਰੈਕ ਉੱਚਾ ਹੋ ਜਾਣਾ, ਕਦੇ ਨੀਵਾਂ ਹੋ ਜਾਣਾ। ਇਹ ਠੀਕ ਆ, ਨਾ ਧੁੱਪਾਂ ਨਾ ਠੰਡ ਆ, ਪਰ ਫਿਰ ਵੀ ਪਸੀਨਾ ਆ ਰਿਹਾ। ਜੇਕਰ ਮੇਰੇ ਕਿਸੇ ਵੀਰ ਭਰਾ ਨੇ ਖੱਚਰ ਕਰਨਾ ਹੋਵੇ, ਇੱਥੇ ਖੱਚਰ ਵੀ ਹੁੰਦਾ ਦੇਖੋ। ਥੱਲੇ ਟਰੈਕ ਸੀਗਾ ਸਿੱਧਾ ਸਿੱਧਾ, ਫਿਰ ਆ ਗਿਆ ਪੌੜੀਆਂ ਵਾਲਾ, ਫਿਰ ਹੁਣ ਸਿੱਧਾ ਆ ਗਿਆ ਦੇਖੋ। ਜਿਹੜਾ ਡੰਡਾ ਲਿਆ ਸੀ ਉੱਪਰ ਚੜ੍ਹਨ ਲਈ, ਮਤਲਬ ਜਿਹੜਾ ਜਿਹਦੇ ਸਾਰਿਆਂ ਨੂੰ ਉੱਪਰ ਚੜ੍ਹਿਆ ਜਾਂਦਾ ਮਾੜਾ ਮੋਟਾ, ਹਾਂ ਦੇਖੋ ਨਿਕਲ ਵੀ ਗਿਆ, ਟੁੱਟ ਗਿਆ। ਹਾਲੋ ਪਾਣੀ ਦਾ ਵੀ ਜਗਾਡਮੈਂਟ ਹੈਗਾ ਇੱਥੇ, ਸਾਹ ਜਿਹਾ ਚੜ੍ਹ ਗਿਆ ਯਾਰ ਤੁਰਦੇ ਤੁਰਦੇ। ਪਸੀਨਾ ਵੀ ਆ ਜਾਂਦਾ, ਆਪਣੀ ਧੁੱਪ ਲੱਗ ਰਹੀ ਹੁਣ ਥੋੜ੍ਹੀ ਜਿਹੀ। ਜਵਾਨ ਜਵਾਨ ਬੰਦੇ ਘੋੜਿਆਂ 'ਤੇ ਜਾਂਦੇ ਆ ਖੱਚਰਾਂ 'ਤੇ, ਸਾਡੇ ਵਰਗੇ ਅਸੀਂ ਤੁਰੇ ਫਿਰਦੇ ਆ। ਸਾਹ ਚੜ੍ਹ ਗਿਆ ਯਾਰ, ਆਹ ਦੇਖੋ ਇੱਥੇ ਕੋਈ ਸ਼ੋਰਟਕੱਟ ਜਾਂਦਾ, ਸ਼ੋਰਟਕੱਟ ਦੇ ਰਾਹੀਂ ਬੜੀ ਸੰਗਤ ਜਾਂਦੀ ਆ, ਪਰ ਮੁੰਡੇ ਮਾਡੇ ਜਾਂਦੇ ਆ, ਕੁੜੀਆਂ ਨਹੀਂ ਇੱਥੇ ਔਖਾ। ਕਾਫੀ ਸੰਗਤ ਇੱਥੋਂ ਸ਼ੋਰਟਕੱਟ ਲੈ ਕੇ ਗਈ ਆ, ਇੱਥੋਂ ਥੋੜ੍ਹਾ ਘੁੰਮ ਕੇ ਆਉਣਾ ਪੈਂਦਾ, ਇੱਧਰੋਂ ਦੀ ਉੱਪਰ ਆਉਣਾ ਪੈਂਦਾ, ਇੱਥੋਂ ਸਿੱਧਾ ਹੀ ਉੱਪਰ ਜਾਂਦਾ। ਆਪਾਂ ਵੀ ਅੱਧੀ ਸੰਗਤ 'ਚ ਆਉਂਦੇ ਹਾਂ, ਮੈਂ ਵੀ ਸ਼ੋਰਟਕੱਟ ਹੀ ਲਊਂਗਾ। ਚਲੋ ਚੱਲਦੇ ਹਾਂ ਇੱਥੋਂ। ਹੈਗਾ ਰਸਤਾ ਥੋੜ੍ਹਾ ਖਤਰਨਾਕ ਗਿਆ, ਚੜ੍ਹਦਾ ਫਿਰ ਮੈਂ ਸ਼ੋਰਟਕੱਟ ਲੈ ਕੇ ਚੜ੍ਹ ਗਿਆ ਮੈਂ ਉੱਪਰ। ਪਹਿਲਾਂ ਉੱਪਰੋਂ ਚੜ੍ਹਾਈ ਸੀਗੀ, ਹੁਣ ਥੱਲੇ ਨੂੰ ਆ। ਟਰੈਕ ਪਹਿਲਾਂ ਸਾਰਾ ਉੱਪਰ ਚੜ੍ਹਨ ਦਾ ਸੀਗਾ, ਹੁਣ ਸਾਰਾ ਥੱਲੇ ਉਤਰਨ ਦਾ। ਯਾਰ ਬਹੁਤ ਜਾਣਾ ਪੈਂਦਾ ਥੱਲੇ, ਇੱਥੇ ਜਾ ਕੇ ਲੱਗਦਾ ਟਰੈਕ, ਇੱਥੇ ਬੰਦਾ ਬੈਠਾ। ਰਸਤੇ ਖੜ੍ਹ ਜਾਣਾ ਚਾਹੀਦਾ, ਛਾਂ ਥੂੰ ਲੈ ਲੈਣੀ ਚਾਹੀਦੀ ਆ, 5-10 ਮਿੰਟ ਤੁਰ ਕੇ ਮਾੜਾ ਆ ਮੇਰੇ ਹਿਸਾਬ ਨਾਲ। ਰਸਤੇ 'ਚ ਯਾਰ ਛੋਟੇ ਮੋਟੇ ਢਾਬੇ ਆ ਜਾਂਦੇ ਖਾਣ ਪੀਣ ਨੂੰ, ਪਰ ਸਮਾਨ ਥੋੜ੍ਹਾ ਮਹਿੰਗਾ ਹੁੰਦਾ, ਪਰ ਠੀਕ ਆ, ਨਾਲ ਇਹਨਾਂ ਸਮਾਨ ਨਾਲ ਚੱਕ ਕੇ ਲੈ ਕੇ ਆਉਣਾ, ਉਹਦੇ ਨਾਲ ਚੰਗਾ ਇਹੀ ਆ ਕਿ ਮਾੜੇ ਪੈਸੇ ਵੱਧ ਲਾ ਲਓ ਇੱਥੇ, ਨਾ ਦੇਖੋ ਸਾਰਾ ਕੁਝ ਮਿਲ ਜਾਂਦਾ। ਪਰ ਮੈਨੂੰ ਹਾਲੇ ਭੁੱਖ ਨਹੀਂ ਲੱਗੀ ਖਾਣ ਨੂੰ, ਜਿਹੜਾ ਮੈਂ ਖਾਵਾਂ ਭੁੱਖ ਲੱਗੂਗੀ ਆਪ ਹੀ ਖਾ ਲਾਂਗੀ। ਯਾਰ ਮੇਰੇ ਹਿਸਾਬ ਦੇ ਨਾਲ ਜਿਹੜੇ ਜਵਾਨ ਬੰਦੇ ਆ, ਜਿਹੜੇ ਮੁੰਡੇ ਖੁੰਡੇ ਆ, ਉਹਨਾਂ ਨਾਲ ਕੋਈ ਬਣਦੇ ਨਹੀਂ ਕਿ ਹਾਂ ਉਹ ਖੱਚਰ ਘੋੜੇ ਦੇ ਆਣ ਬਹਿ ਗਏ। ਯਾਰ ਤੁਸੀਂ ਇੱਥੇ ਨਹੀਂ ਸਾਡਾ ਜ਼ੋਰ ਪਰਖਿਆ ਜਾਣਾ, ਤਾਂ ਕਿੱਥੇ ਪਰਖਿਆ ਜਾਣਾ। ਠੀਕ ਆ, ਬਾਕੀ ਯਾਰ ਸਾਰਿਆਂ ਦਾ ਆਪਣਾ ਆਪਣਾ ਮਾਇੰਡ ਸੈੱਟ ਆ। ਆਹ ਜਗ੍ਹਾ 'ਤੇ ਆ ਕੇ ਸਿਗਨਲ ਵਗੈਰਾ ਸਭ ਕੁਛ ਉੱਡ ਜਾਂਦਾ ਵਾ, ਜਦੋਂ ਟਰੈਕ ਸਟਾਰਟ ਕਰਦੇ ਹਾਂ। ਮੇਰੇ ਖਿਆਲ ਨਾਲ ਮੇਰਾ ਤਾਂ ਉਸ ਤੋਂ ਬਾਅਦ ਆਇਆ ਨਹੀਂ ਹੈਗਾ, ਕਿਸੇ ਦਾ ਆਉਂਦਾ ਹੋਊਗਾ ਠੀਕ ਆ, ਪਰ ਮੇਰਾ ਤਾਂ ਨਹੀਂ ਹੈਗਾ। ਤੁਹਾਨੂੰ ਮੈਂ ਦਿਖਾਉਣਾ ਜਵਾਨ ਬੰਦੇ ਕਿੱਦਾਂ, ਨਹੀਂ ਨਹੀਂ ਯਾਰ ਲੈ ਬੇਇੱਜ਼ਤੀ ਕਾਹਨੂੰ ਹੋਣੀ ਆ, ਬੰਦਾ ਆਪ ਹੀ ਮੰਨ ਗਿਆ ਬੇਚਾਰਾ, ਉਹ ਆਪ ਹੀ ਮੰਨ ਗਿਆ ਕਿ ਬੇਇੱਜ਼ਤੀ ਹੋਣੀ।
ਮੈਂ ਤਾਂ ਇੱਥੇ ਤੱਕ ਪਹੁੰਚ ਗਿਆ, ਪਰ ਜਿਹੜੇ ਬੰਦੇ ਨੇ ਨਾਲ ਆਇਆ ਉਹਨਾਂ ਨੂੰ ਕੋਈ ਜ਼ਿਆਦਾ ਪਤਾ ਨਹੀਂ ਹੈਗਾ। ਉਹਨਾਂ ਨੂੰ ਮੈਂ ਸਟਾਰਟਿੰਗ 'ਤੇ ਕਹਿਤਾ ਸੀ, ਮੈਂ ਕਿਹਾ ਜੇਕਰ ਮੈਂ ਨਹੀਂ, ਮੈਂ ਕਿਹਾ ਜੇਕਰ ਮੈਂ ਅੱਗੇ ਨਿਕਲ ਗਿਆ ਤਾਂ ਇੰਨੀ ਟੈਨਸ਼ਨ ਨਾ ਲਿਓ, ਉੱਪਰ ਜਾ ਕੇ ਮਿਲ ਲਵਾਂਗੇ। ਕੁਛ ਹੁੰਦਾ ਲੱਗਦਾ ਪਤਾ ਨਹੀਂ ਯਾਰੀ ਕਿੱਥੇ ਕਿੱਥੇ ਨਹੀਂ, ਉੱਤੋਂ ਫੋਨ ਵੀ ਨਹੀਂ ਲੱਗਦਾ ਪਿਆ। ਉਹ ਤਾਂ ਮੇਰੇ ਖਿਆਲ ਨਾਲ ਕਾਫੀ ਥੱਲੇ ਹੋਣੇ ਆ, ਮੈਂ ਤਾਂ ਯਾਰ ਰੁਕਿਆ ਹੀ ਨਹੀਂ ਹੈ ਜਿੱਦਾਂ ਤੁਰਿਆ, ਆਪਾਂ ਤਾਂ ਨਾਲ ਦੀ ਨਾਲ ਤੁਰੀ ਜਾਂਦੇ ਹਾਂ। ਸਮਾਨ ਚੱਕਦੇ ਵਿਚਾਰੇ, ਪਰ ਚਲੋ ਰੋਜ਼ੀ ਰੋਟੀ ਦਾ ਸਾਧਨ ਆ ਇਹਨਾਂ ਦੇ ਵੀ, ਬੈਡ ਉੱਤੇ ਲਈ ਜਾਂਦੀ ਆ ਇਹ। ਨਵੀਆਂ ਨਵੀਆਂ ਚੀਜ਼ਾਂ ਨੇ ਯਾਰ ਦੇਖਣ ਨੂੰ ਹਮੇਸ਼ਾ, ਘਰੇ ਜਿੱਥੇ ਦੋ ਬੰਦਿਆਂ ਤੋਂ ਬੈਡ ਨਹੀਂ ਮਿਲਦਾ ਉੱਥੇ ਵਿਚਾਰਾ ਇਕੱਲਾ ਦੇਖ ਲਓ ਚੜ੍ਹਾਈ 'ਤੇ ਲੈ ਕੇ ਜਾਈ ਜਾਂਦਾ ਇਹ। ਠੀਕ ਆ ਠੀਕ ਆ। ਇੱਕ ਬੰਦਾ ਮਿਲਿਆ ਸੀ ਉਹਨੂੰ ਕਿਹੜਾ ਜਾਂਦਾ ਪਿਆ, ਉਹਨੇ ਦੱਸਿਆ ਕਹਿੰਦਾ ਹਲੇ ਜਿਹੜਾ ਗੋਬਿੰਦ ਧਾਮ ਰਹਿ ਗਿਆ ਇੱਥੋਂ 8 ਕਿਲੋਮੀਟਰ, 8 ਕਿਲੋਮੀਟਰ ਰਹਿ ਗਿਆ। ਪਰ ਚਲੋ ਯਾਰ ਆਪਾਂ ਰੁਕਣਾ ਨਹੀਂ ਹੈਗਾ, ਕਰੀ ਜਾਓ ਚੱਲਦੇ ਜਾਓ। ਹੇਮਕੁੰਡ ਸਾਹਿਬ ਹੁਣ ਇੱਥੋਂ ਰਹਿ ਗਿਆ 13 ਕਿਲੋਮੀਟਰ। ਹਾਂ ਦੇਖੋ 13 ਕਿਲੋਮੀਟਰ ਰਹਿ ਗਿਆ ਗੁਰਦੁਆਰਾ ਗੋਬਿੰਦ ਧਾਮ ਦਾ, ਨੇ ਪਤਾ ਨਹੀਂ ਕਿੰਨਾ ਲੋਕ ਇੱਥੇ ਘੋੜੇ ਖੱਚਰਾਂ 'ਤੇ ਬਹਿ ਕੇ ਜਾਂਦੇ ਤਾਂ ਹੈਗੇ ਆ, ਪਰ ਘੋੜੇ ਖੱਚਰਾਂ ਦਾ ਵੀ ਇੱਕ ਪੰਗਾ, ਇਹ ਸਾਲੇ ਭੈਣ ਦੀ ਹਿਲਦੇ ਡੁਲਦੇ ਬਹੁਤ ਹੁੰਦੇ ਆ। ਕਰ ਲਿਆ ਟਰੈਕ ਕਾਫੀ, ਚਾਰ ਪੰਜ ਕਿਲੋਮੀਟਰ ਮੇਰੇ ਖਿਆਲ ਨਾਲ ਤਾਂ ਕਰ ਹੀ ਲਿਆ ਹੁਣ। ਚਲੋ ਰੱਬ ਦਾ ਨਾਂ ਲੈਂਦੇ ਲੈਂਦੇ ਚੜ੍ਹਦੇ ਮੈਂ ਸਾਹੀ ਵਿਊ ਦੇਖਦੇ ਹੋਏ ਅੱਖਾਂ ਹੀ ਭਰਦੀਆਂ ਪਈਆਂ ਯਾਰ। ਬਹੁਤ ਸੰਗਤ ਆਉਂਦੀ ਇੱਥੇ, ਹੁਣ ਆ ਗਈ ਪੂਰੀ ਖੜੀ ਚੜ੍ਹਾਈ, ਹੁਣ ਪੂਰਾ ਉੱਪਰ ਆਪਾਂ ਚੜ੍ਹਨਾ। ਬੀਬੀਆਂ ਕਹਿੰਦੀਆਂ ਦੇਖ ਲਓ ਕਿੰਨਾ ਟਰੈਕ ਕਰਦੀਆਂ ਨੇ, ਪਰ ਸਾਡੇ ਵਰਗੇ ਜਵਾਨ ਬੰਦੇ ਘੋੜੇ ਖੱਚਰਾਂ 'ਤੇ ਜਾਂਦੇ। ਇਹਨਾਂ 'ਚ ਵੀ ਦੇਖ ਲਓ, ਇਹਨਾਂ 'ਚ ਵੀ ਉਹੀ ਫੋਨ ਆ, ਹਿੰਮਤ ਦੇਖੋ ਯਾਰ, ਹਿੰਮਤ ਨਾਲ ਕੰਮ ਚੱਲਦਾ। ਆਹ ਦੇਖੋ ਧੀਰੇ ਚੱਲੇ, ਪ੍ਰਕਿਰਤੀ ਦਾ ਆਨੰਦ ਮਾਣਦੇ ਹੋਏ। ਆਹ ਦੇਖੋ ਸਹੀ ਲਿਖਿਆ ਹੋਇਆ ਪੂਰਾ ਸਹੀ। ਆਹ ਦੇਖੋ ਵਿਊ ਤਾਂ ਯਾਰ ਕਿਆ ਹੀ ਘੈਂਟਲਾ ਹੋ ਗਿਆ ਹੁਣ। ਪਾਣੀ ਭਰ ਲਿਆ, ਪਾਣੀ ਖਤਮ ਹੋ ਗਿਆ ਸੀ ਮੇਰੇ ਕੋਲ, ਇੱਕ ਬੋਤਲ ਪੀ ਗਿਆ ਪਾਣੀ ਦੀ, 3-4 ਕਿਲੋਮੀਟਰ ਟਰੈਕ ਕਰਕੇ ਖਤਮ ਹੋ ਗਿਆ ਸੀ ਪਾਣੀ ਮੇਰਾ, ਹੁਣ ਆਪਾਂ ਪਾਣੀ ਭਰ ਲਿਆ ਵਾ ਮਿੱਤਰੋ। ਇੱਥੇ ਤੁਹਾਨੂੰ ਇੱਦਾਂ ਦੇ ਬੰਦੇ ਟੱਕਰ ਜਾਣੇ ਆ ਜਿਹੜੇ ਸਾਫ਼ ਸਫਾਈ ਕਰਦੇ ਹੁੰਦੇ ਆ।
ਸਾਢੇ 10 ਵਜੇ ਤੇ ਹੁਣ ਟਰੈਕਿੰਗ ਕਰਨੀ ਆ ਥੋੜ੍ਹੀ ਜਿਹੀ, ਟਰੈਕਿੰਗ ਥੋੜ੍ਹੀ ਬੰਦ ਕਰਦੇ ਹਾਂ, ਬਹਿੰਦੇ ਹਾਂ। ਬਹੁਤ ਆਪਾਂ ਟਰੈਕ ਕੀਤਾ, 2 ਘੰਟੇ ਹੋ ਗਏ ਮੇਰੇ ਖਿਆਲ ਨਾਲ, 2 ਘੰਟੇ 2.5 ਘੰਟੇ ਹੋ ਗਏ ਲੈ ਆਪਾਂ ਲਗਾਤਾਰ ਤੁਰਦੇ ਪਏ ਹਾਂ। ਲੈ ਹੁਣ ਬਹਿ ਜਾਈਏ, 15 ਮਿੰਟ ਆਪਾਂ ਰੈਸਟ ਕਰ ਲਈਏ। ਹੁਣ ਕਾਫੀ ਸੌਖਾ ਲੱਗੂਗਾ ਚੜ੍ਹਨਾ, ਰੈਸਟ ਕਰਕੇ ਲੱਤਾਂ ਲੁੱਤਾਂ ਸਭ ਸਹੀ ਹੋ ਗਈਆਂ, ਹੁਣ ਸਿੱਧਾ ਟਰੈਕ ਆ, ਸਹੀ ਆ। ਲਓ ਜੀ, ਟਰੈਕ ਕਰਦੇ ਕਰਦੇ ਬਹੁਤ ਅੱਗੇ ਪਹੁੰਚ ਗਏ ਹਾਂ ਅਤੇ ਰਸਤਾ ਮਤਲਬ ਕਿ ਜਿਹੜਾ ਰਸਤਾ ਬਹੁਤ ਸੋਹਣਾ ਹੋਰ ਹੋ ਗਿਆ। ਆਹ ਦੇਖੋ, ਲੱਗਦਾ ਹੀ ਨਹੀਂ ਕਿ ਹਾਂ ਵੀ ਇੱਥੇ ਆਪਾਂ, ਪੂਰਾ ਭਰਿਆ ਪਿਆ ਹਰਾ ਭਰਾ ਦਰਖਤ ਨਾ। ਸੋਹਣਾ ਯਾਰ ਬਹੁਤ, ਉਹ ਗੱਲ ਅਲੱਗ ਚ ਪਸੀਨਾ ਪਸੀਨਾ ਆ ਗਿਆ ਹੁਣ, ਪਰ ਵਧੀਆ ਸੋਹਣਾ। ਇਹੀ ਦੇਖ ਕੇ ਤਾਂ ਯਾਰ ਮੈਂ ਅੱਗੇ ਅੱਗੇ ਵਧੀ ਜਾਂਦਾ ਪਿਆ, ਮੇਰੇ 'ਚ ਕਿੱਥੇ ਇੰਨੀ ਹਿੰਮਤ ਆਉਣੀ ਆ। ਇੱਥੋਂ ਆ ਕੇ ਰਸਤਾ ਡਿਵਾਈਡ ਹੋ ਜਾਂਦਾ ਅਤੇ ਇੱਕ ਰਸਤਾ ਉੱਪਰੋਂ ਜਾਂਦਾ, ਇੱਕ ਜਾਂਦਾ ਥੱਲੋਂ, ਉੱਪਰ ਵਾਲਾ ਸਿੱਧਾ, ਥੱਲੇ ਵਾਲਾ ਥੋੜ੍ਹਾ ਔਖਾ। ਪਰ ਮੈਂ ਵੀ ਪਿਓ ਦਾ ਪੁੱਤ ਨਹੀਂ, ਮੈਂ ਵੀ ਥੱਲੇ ਵਾਲੇ ਰਸਤੇ 'ਤੇ ਜਾਵਾਂ, ਕਿਉਂਕਿ ਥੱਲੇ ਵਾਲੇ ਰਸਤੇ 'ਤੇ ਮੈਂ ਲੋਕਾਂ ਨੂੰ ਸੁਣਿਆ ਕਹਿੰਦੇ ਵਿਊ ਬਹੁਤ ਵਧੀਆ ਆਉਂਦਾ। ਟਰੈਕ ਦੇਖੋ ਯਾਰ ਕਿੰਨਾ ਸੋਹਣਾ, ਵਧੀਆ ਪੂਰਾ ਨਜ਼ਾਰਾ ਆਉਂਦਾ ਵਾ ਟਰੈਕ 'ਤੇ, ਕਿਆ ਜ਼ਬਰਦਸਤ ਟਰੈਕ ਆ, ਪੂਰਾ ਮਜ਼ਾ ਆ ਰਿਹਾ। ਸਾਹਮਣੇ ਬਰਫ਼ ਪਈ ਹੋਈ ਆ, ਢਾਬੇ ਢੁੱਬੇ ਤੁਹਾਨੂੰ ਮਿਲ ਹੀ ਜਾਣੇ ਆ ਰਸਤੇ 'ਚ ਯਾਰ, ਥੋੜ੍ਹੇ ਮਹਿੰਗੇ ਹੁੰਦੇ ਆ, ਮਤਲਬ ਕਿ ਥੋੜ੍ਹੀ ਥੋੜ੍ਹੀ ਚੀਜ਼ 'ਚ ਫਰਕ ਹੁੰਦਾ। ਜਿਵੇਂ ਮੈਗੀ ਤੁਹਾਨੂੰ ਇੱਥੇ ਮਿਲੂਗੀ 60-70 ਰੁਪਏ ਦੀ, ਸਿੰਪਲ ਮੈਗੀ ਮਿਲਦੀ ਸਿੰਪਲ, ਜਿਹੜੀ ਆਪਾਂ 10 ਰੁਪਏ ਦੇ ਪੈਕਟ ਲੈਂਦੇ ਹਾਂ, ਉਹ ਬਸ ਇਹ ਹਿਸਾਬ ਨਾਲ ਮਿਲਦਾ। ਹੋ ਥੱਕ ਗਿਆ ਯਾਰ ਮੈਂ ਤਾਂ ਤੁਰਦਾ। ਜਿੰਨਾ ਕੁ ਤਾਂ ਫੋਟੋਆਂ ਹੀ ਦੇਖਿਆ ਸੀਗਾ ਉਸ ਤੋਂ ਤਾਂ ਬਹੁਤ ਜ਼ਿਆਦਾ ਹੀ ਸੋਹਣਾ, ਬਹੁਤ ਹੀ ਜ਼ਿਆਦਾ ਸੋਹਣਾ। ਕੋਈ ਕੈਮਰਾ ਕਦੇ ਜੱਜ ਨਹੀਂ ਕਰ ਸਕਦਾ ਇਸ ਚੀਜ਼ ਨੂੰ, ਜਿਹੜੀ ਆਪਾਂ ਅੱਖਾਂ ਨਾਲ ਦੇਖਦੇ ਹਾਂ, ਕੈਮਰਾ ਰਿਕਾਰਡ ਵੀ ਨਹੀਂ ਕਰਦਾ। ਵਿਊ ਦੇਖੋ ਯਾਰ ਕਿੰਨਾ ਸੋਹਣਾ, ਪਾਣੀ ਕਿੰਨਾ ਸੋਹਣਾ ਲੱਗਦਾ ਆਉਂਦਾ। ਇੱਕ ਅੱਧੀ ਫੋਟੋ ਖਿਚਾ ਲਈ ਮਤਲਬ ਕਿ ਫੋਟੋ ਖਿਚਾ ਕੇ ਹੁਣ ਅੱਗੇ ਵੱਧਦੇ ਹਾਂ। ਡਰਾਈਵ ਜਿੰਨਾ ਜਿੰਨਾ ਅੱਗੇ ਜਾ ਰਿਹਾ ਨਾ, ਹੋਰ ਸੋਹਣਾ ਹੁੰਦਾ ਜਾ ਰਿਹਾ। ਇੱਕ ਤਾਂ ਪਾਣੀ ਬੜਾ ਸੋਹਣਾ ਲੱਗਦਾ ਯਾਰ ਜਾਂਦਾ ਇੱਥੋਂ। ਇਹੀ ਚੀਜ਼ਾਂ ਕਰਕੇ ਨਾ ਸਫ਼ਰ ਦਾ ਮਜ਼ਾ ਹੋਰ ਦੁੱਗਣਾ ਤਿੱਗਣਾ ਹੋ ਜਾਂਦਾ। ਮੈਨੂੰ ਕੋਈ ਗਾਲੀ ਨਹੀਂ ਆਈ, ਕੁਛ ਕੋ ਨਹੀਂ ਹੈਗਾ, ਮੈਂ ਆਰਾਮ ਨਾਲ ਇੰਜੋਏ ਕਰਦਾ ਜਾ ਰਿਹਾ ਆਪਣਾ, ਨਾ ਕੋਈ ਮੇਰੇ ਨਾਲ ਆਇਆ, ਇਕੱਲੇ ਹੀ ਜਾ ਰਿਹਾ ਬਸ। ਨਾ ਕੋਈ ਟੈਨਸ਼ਨ ਨਾ ਕੁਛ ਹੋਰ, ਫੋਟੋ ਫਾਟੋ ਇੱਕ ਅੱਧੀ ਖਿਚਾਣੀ ਸੀ, ਉਹ ਕਿਸੇ ਨੂੰ ਕਹਿ ਕੇ ਖਿਚਾ ਲਈ ਮੈਂ।
ਜਿਹੜਾ ਪਾਣੀ ਜਾਂਦਾ ਨਾ ਤੇ ਬਹੁਤ ਠੰਡਾ ਹੁੰਦਾ ਯਾਰ, ਬਹੁਤ ਜ਼ਿਆਦਾ ਠੰਡਾ। ਇਹ ਜੇਕਰ ਕਿਸੇ ਦਾ ਪੈਰ ਪੈ ਜਾਵੇ ਇੱਕ ਉਹਨਾਂ ਦਾ ਬੰਦਾ ਸੋਈ ਜਾਂਦਾ। ਆ ਇੱਥੇ ਪੁਲਿਸ ਵਾਲੇ ਖੜ੍ਹੇ ਆ। ਪੁਲਿਸ ਵਾਲੇ ਇੱਥੇ ਤਾਂ ਖੜ੍ਹੇ ਆ ਤਾਂ ਹੀ ਕੋਈ ਬੰਦਾ ਇੱਥੇ ਜਦੋਂ ਜਾਂਦਾ ਕਿਸੇ ਨੂੰ ਔਖਾ ਨਾ ਹੋਵੇ ਜਾਂਦੇ ਨੂੰ। ਬਾਹਲੀ ਸੋਹਣੀ ਜਗ੍ਹਾ, ਬਹੁਤ ਬਹੁਤ ਹੀ ਜ਼ਿਆਦਾ ਸੋਹਣੀ ਜਗ੍ਹਾ ਇਹ। ਕੈਮਰੇ 'ਚ ਦੱਸ ਨਹੀਂ ਕੈਦ ਨਹੀਂ ਹੁੰਦਾ ਪਰ ਸੋਹਣਾ ਬਹੁਤ ਆ। ਪੁਲ ਪਾਰ ਕਰਦੇ ਸਾਰੇ ਢਾਬਾ ਜਾਂਦਾ ਛੋਟਾ ਜਿਹਾ, ਉੱਥੇ ਬੈਠਾ ਮੈਂ। ਖਾਊਂਗਾ ਹੁਣ ਮੈਂ ਮੈਗੀ ਯਾਰ, ਕਿਉਂਕਿ ਮੈਂ ਕੁਛ ਨਹੀਂ ਖਾਧਾ ਜਿੱਦਾਂ ਤੁਰਿਆ, ਮਾੜਾ ਮੋਟਾ ਹੀ ਬਿਸਕੁਟ ਵਗੈਰਾ ਹੀ ਖਾਧਾ ਹੋਣਾ। ਚਲੋ ਖਾਂਦੇ ਹਾਂ ਅਤੇ ਫਿਰ ਅੱਗੇ ਵੱਧਦੇ ਹਾਂ। ਲਓ ਵੀ ਆ ਗਈ ਆਪਣੀ ਮੈਗੀ, ਹੁਣ ਆਪਾਂ ਨੂੰ ਖਾਂਦੇ ਹਾਂ, ਖਾ ਕੇ ਅੱਗੇ ਵੱਧਦੇ ਹਾਂ। ਲਓ ਜੀ ਹੁਣ ਖਾ ਲਈ ਆਪਾਂ ਮੈਗੀ, ਮੈਗੀ ਹੋ ਗਈ ਆਪਣੀ ਖਤਮ। ਹੁਣ ਭਰਦੇ ਹਾਂ, ਉੱਥੇ ਪਾਣੀ ਚੱਲਦਾ ਸੀ ਕਿਤੇ, ਉਹ ਭਰਦੇ ਹਾਂ ਪਾਣੀ, ਹੋ ਗਈ ਮੇਰਾ ਪੀਣ ਵਾਲਾ ਪਾਣੀ ਖਤਮ ਹੋ ਗਿਆ। ਇੱਥੋਂ ਬੋਤਲ ਲਊਂਗਾ 40-50 ਰੁਪਏ ਦੀ ਮਿਲਦੀ ਆ ਆਪਣੀ, ਪਰ ਇਸ ਤੋਂ ਵਧੀਆ ਉੱਥੋਂ ਭਰ ਲਾਂਗੇ, ਭਰ ਲਾਂਗੇ ਉਹ ਹਿਸਾਬ ਸਹੀ ਆ। ਅਗਲਾ ਪਾਣੀ ਭਰ ਲੈ ਵਾਲਾ ਬਾਲੂ ਬਾਲੂ। ਲਓ ਜੀ ਪਾਣੀ ਦੀ ਬੋਤਲ ਲਈ ਆਪਾਂ ਭਰ, ਇਹਦੇ ਨਾਲ ਹੀ ਆਪਾਂ ਆਪਣੇ 40-50 ਰੁਪਏ ਬਚਾ ਲਏ। ਚਲੋ ਵੀ ਚੱਲੀਏ ਹੁਣ ਖਾ ਪੀ ਲਿਆ। ਚਲੋ ਮੈਗੀ ਖਾ ਲਈ, ਪੈਸੇ ਦੇ ਤੇ, ਸੈਂਟਰ ਫੈਸ ਲੈ ਲਈ ਆਪਾਂ, ਮੇਰੇ ਖਤਮ ਹੋ ਗਈਆਂ ਸੀ ਜਿੰਨੀਆਂ ਮੈਂ ਲਈਆਂ ਸੀਗੀਆਂ। ਫੋਟੋਆਂ ਵਗੈਰਾ ਇੱਥੇ ਬਹੁਤ ਸੋਹਣੀਆਂ ਆਉਂਦੀਆਂ ਨੇ, ਬਹੁਤ ਜ਼ਿਆਦਾ ਸੋਹਣੀਆਂ। ਫਿਰ ਪੰਗਾ ਉਹੀ ਆ ਨਾ ਕਿ ਮੈਂ ਆਇਆ ਇਕੱਲਾ, ਇਕੱਲਾ ਬੰਦਾ ਨੂੰ ਫੋਟੋ ਖਿੱਚੇ ਕਿ ਕੀ ਕਰੇ। ਆਹ ਦੇਖੋ ਮੁੰਡੇ ਖੰਡੇ ਲੱਗੇ ਹੋਏ ਫੋਟੋ ਖਿਚਾਉਣ, ਮੇਰੇ ਦਿਲ ਕਰਦਾ ਮੈਂ ਉਹਨਾਂ ਕੋਲ ਜਾ ਕੇ ਆਉਂਦਾ, ਮੈਂ ਆਪਣੇ ਖਿਚਾਇਆ ਫੋਟੋ, ਜਾਂਦਾ ਉਹਨਾਂ ਕੋਲ ਜਾ ਕੇ ਖਿਚਾ ਕੇ ਜਾਂਦਾ। ਵਧੀਆ ਕਰਦੇ ਯਾਰ, ਬੜਾ ਹੀ ਸੋਹਣਾ, ਮਜ਼ਾ ਹੀ ਆਉਂਦਾ ਹੈ ਪੂਰਾ, ਦਬਣਾ ਨਹੀਂ ਹੈਗਾ, ਉਹਨਾਂ ਕੋਲ ਜਾ ਕੇ ਖਿਚਾ ਕੇ ਆਉਂਦਾ ਫੋਟੋ ਮੈਂ ਵੀ। ਦੇਖੋ ਪੰਜਾਬੀ ਵੀਰਾਂ ਦਾ ਦਿਲ ਬਹੁਤ ਵੱਡਾ ਹੁੰਦਾ, ਮੈਂ ਇੱਥੇ ਖੜ ਗਿਆ, ਮੈਂ ਕਿਹਾ ਮੇਰੀ ਫੋਟੋ ਵੀਡੀਓ ਬਣਾ ਦਿਓ, ਉਹਨਾਂ ਨੇ ਕੁਛ ਨਹੀਂ ਕਿਹਾ, ਇੱਕ ਵਾਰ ਵੀਰਾਂ ਨੇ ਬਣਾ ਲਿਆ। ਪਾਣੀ ਬਹੁਤ ਠੰਡਾ ਸੀਗਾ ਪਰ ਇੱਥੇ ਪਾਣੀ ਬਹੁਤ ਵਰਤ ਸੀ। ਕਿਹੜਾ ਪਿੰਡ ਹੈ ਮੇਰੇ? ਲੁਧਿਆਣਾ। ਆਪਾਂ ਨੂੰ ਚੀਜ਼ਾਂ ਪਸੰਦ ਹੀ ਇਹੋ ਜਿਹੀਆਂ ਆਉਂਦੀਆਂ ਸੀ ਜਿਹੜੀਆਂ ਯਾਰ। ਚਲੋ ਹੁਣ ਹੋਰ ਟਰੈਕ ਕਰਦੇ ਹਾਂ। ਜਿਵੇਂ ਜਿਵੇਂ ਯਾਰ ਅੱਗੇ ਵੱਧਦੇ ਪਏ ਹਾਂ ਟਰੈਕ ਥੋੜ੍ਹਾ ਹੋਰ ਔਖਾ ਹੁੰਦਾ ਪਿਆ, ਪਹਿਲਾਂ ਪੌੜੀਆਂ ਵਾਲਾ ਸੀਗਾ ਫਿਰ ਵਿੱਚ ਪਾਣੀ ਆ ਗਿਆ। ਬਲੌਗ ਵੀ ਕਰਦਾ ਮੇਰੇ? ਹਾਂਜੀ। ਹੈ ਬਲੌਗ ਵੀ ਬਣਾਉਣਾ? ਆਹੋ ਹੱਸ ਕੇ ਦਿਖਾ ਯਾਰ ਇੱਕ ਵਾਰ,
ਜਿਹੜੇ ਪਿੱਛੇ ਦੋ ਰਸਤੇ ਡਿਵਾਈਡ ਹੁੰਦੇ ਸੀ ਉਹਨਾਂ ਵਿੱਚ ਇੱਕ ਰਸਤਾ ਉੱਪਰੋਂ ਆਉਂਦਾ ਇੱਕ ਆਉਂਦਾ ਥੱਲੋਂ। ਇੱਕ ਸ਼ਾਰਟਕੱਟ ਲੱਗਿਆ ਇੱਥੇ ਲੱਭਿਆ ਹੋਇਆ ਲੋਕਾਂ ਨੂੰ ਨਵੀਂ ਚੀਜ਼ ਦੇਖ ਲਓ ਹਲੋ ਇਹ ਟਰੈਕ ਦਾ ਘੱਟੋ ਘੱਟ ਨਾ ਕਰਦੇ ਵੀ ਨਾ 2-250 ਮੀਟਰ ਵਿਚਾਰ ਹੀ ਨਾ ਵਾ ਟਰੈਕ ਇੱਥੋਂ ਹੈ ਤਾਂ ਸ਼ਾਰਟਕੱਟ ਜਿਹਾ ਇਹ ਪਰ ਟਰੈਕ ਦਾ ਥੋੜ੍ਹਾ ਜਿਹਾ ਜਿਹੜਾ ਰਸਤਾ ਉਹ ਬਚਾ ਦਿੰਦਾ ਨਹੀਂ ਤਾਂ ਉੱਥੋਂ ਉਹ ਘੁੰਮ ਕੇ ਪਰਾਉਣਾ ਪੈਂਦਾ ਸਿੱਧਾ ਉੱਪਰ। ਚਲੋ ਵੀ ਮਿੱਤਰੋ ਆਪਾਂ ਵੀ ਹੁਣ ਸ਼ਾਰਟਕੱਟ ਵਾਲੇ ਰਸਤੇ 'ਤੇ ਚੜ੍ਹ ਚੁੱਕੇ ਹਾਂ ਅਤੇ ਹੁਣ ਵੱਧਦੇ ਹਾਂ ਗਾਂਹ ਨੂੰ। ਥੋੜ੍ਹਾ ਸਾਫ ਤਾਂ ਇੱਥੇ ਔਖਾ ਹੀ ਆ। ਚਲੋ ਬੰਦ ਕਰਦੇ ਇਹਨੂੰ ਭਾਈ ਫੋਨ ਨੂੰ ਜੇਬ 'ਚ ਨਹੀਂ ਤਾਂ ਸੀਗਾ ਡਿੱਗਿਆ ਮੇਰਾ ਵੀ ਨੁਕਸਾਨ ਵਾਲੇ ਫੋਨ ਦਾ। ਸ਼ਾਰਟਕੱਟ ਦੇ ਚੱਕਰ 'ਚ ਮੈਂ ਇੱਥੇ ਆ ਕੇ ਫਸ ਗਿਆ ਅਤੇ ਹੁਣ ਇੱਥੋਂ ਚੌਂਕ ਪੰਗਾ ਹੀ ਪੈ ਗਿਆ ਯਾਰ ਤਾਂ ਬਹੁਤ ਸਾਲਾ ਸ਼ਾਰਟਕੱਟ ਕਾਹਦਾ ਓਨਾ ਹੀ ਆ ਪਰ ਨਹੀਂ ਠੀਕ ਆ। ਆਹ ਦੇਖੋ ਜਥੇਦਾਰ ਬੰਦਾ ਇੱਧਰੋਂ ਆਉਂਦਾ ਪਿਆ ਪੂਰਾ। ਚਲੋ ਚੜ੍ਹਦੇ ਹਾਂ ਉੱਪਰ ਪਹੁੰਚ ਗਏ ਥੋੜ੍ਹਾ ਜਿਹਾ ਹੋਰ ਉੱਪਰ। ਸ਼ਾਰਟਕੱਟ ਅਸਲ 'ਚ ਹੁੰਦਾ ਸ਼ਾਰਟਕੱਟ ਹੀ ਆ ਸ਼ਾਰਟਕੱਟ ਨਾਲ ਬਹੁਤ ਫਰਕ ਪਿਆ ਦਾ ਲੰਗਰ ਹੈ ਅੱਗੇ ਉਧਰ ਤੇ ਨਜ਼ਾਰੇ ਲੈਂਦਾ ਲੈਂਦਾ ਬੰਦਾ ਉੱਪਰ ਤਾਂ ਪਹੁੰਚ ਹੀ ਜਾਂਦਾ ਔਖਾ ਸੌਖਾ। ਆਜੋ ਠੰਡੇ ਪਾਣੀ ਦੀ ਛਬੀ ਲੈ ਕੇ ਆਜੋ ਚਾਹ ਨਾਲ ਬਰੇਟਾ ਵੀ ਆਇਓ ਬੱਕਰਾ ਨੇ ਕੁਰਬਾਨੀ ਦੇਤੀ ਅੱਜ ਅੱਗੇ ਹੋਰ ਵੱਡੀ ਸਾਰੇ ਵੀਰੇ ਮੈਨੂੰ ਮਿਲਿਆ ਕਿੱਥੋਂ ਮੰਨ ਤੋਂ ਹੋਣਾ ਪਤਾ ਨੀ ਯਾਰ ਦੇਸ਼ ਦੇ ਲੱਖ ਦੇ ਫੱਕਰ ਫਕੀਰ ਬੰਦੇ ਆ ਸਾਡੇ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਾਨੂੰ ਲੈ ਕੇ ਆਏ ਪਹਿਲੀ ਵਾਰੀ ਬਹੁਤ ਬਹੁਤ ਧੰਨਵਾਦ ਆਨੰਦ ਆ ਰਿਹਾ ਆਉਣ ਚ ਜਾਣ ਚ ਦੁੱਖ ਤਕਲੀਫ ਨਹੀਂ ਹੋ ਰਹੀ ਨਹੀਂ ਸ਼ੁਰੂ ਤੋਂ ਬਣਾਵਾਂਗੇ ਉੱਥੇ ਫਿਰ ਪਿੰਡ ਦੱਸਾਂਗੇ ਨੌਜਵਾਨ ਬੰਦੇ ਸਾਰੇ ਕਮੇਟੀ ਦੇ ਨਾਲ ਆਏ ਨੌਜਵਾਨ ਆਪਣੇ ਨੌਜਵਾਨ ਨੋਈ ਬੰਦੇ ਆ ਨੌਜਵਾਨ ਨਹੀਂ ਹੈਗੇ ਪੂਰੇ ਨੌਜਵਾਨ ਹਰਿਆਣੇ ਦੇ ਅਰਸੇ ਦੇ ਮਤਲਬ ਧਰਤੀ ਤੋਂ ਆਏ ਆ ਪਵਿੱਤਰ ਧਰਤੀ ਪਵਿੱਤਰ ਧਰਤੀ ਤੋਂ ਆਏ ਆ ਪਵਿੱਤਰ ਬੰਦੇ ਆ ਲੂਣ ਵਿੱਚ ਪਹਾੜ ਐਡੇ ਵੱਡੇ ਆ ਨਾ ਫਰੇਮ ਦੇ ਵਿੱਚ ਹੀ ਨਹੀਂ ਆਉਂਦੇ ਪਏ ਫਰੇਮ ਛੋਟਾ ਪੈਂਦਾ ਪਹਾੜਾ ਪੂਰੇ। ਮੈਂ ਤਾਂ ਆਪਣੀ ਜ਼ਿੰਦਗੀ 'ਚ ਹਾਲ ਤੱਕ ਇਸ ਤੋਂ ਸੋਹਣੀ ਜਗ੍ਹਾ ਨਹੀਂ ਦੇਖੀ ਆਈ ਕਿਉਂਕਿ ਯਾਰ ਟਰੈਕ ਹੀ ਨਹੀਂ ਕੀਤੀ ਤਾਂ ਕਰਕੇ ਨਹੀਂ ਦੇਖੀ ਪਰ ਨਹੀਂ ਬਹੁਤ ਸੋਹਣਾ ਇਹ ਕਾਫੀ ਸੋਹਣਾ ਸੋਹਣੀ ਜਗ੍ਹਾ ਬਹੁਤ ਹੋ ਜੀ। ਇੱਥੋਂ ਹੁਣ ਰਹਿ ਗਿਆ ਵਾ ਗੋਬਿੰਦ ਧਾਮ ਰਹਿ ਗਿਆ ਥੋੜ੍ਹਾ ਜਿਹਾ ਮੇਰੇ ਖਿਆਲ ਨਾਲ 1400 ਮੀਟਰ ਲਿਖਿਆ ਸੀਗਾ ਥੋੜ੍ਹਾ ਪਿੱਛੇ 1400 ਮੀਟਰ ਰਹਿੰਦਾ ਅਤੇ ਇੱਥੇ ਥੋੜ੍ਹੀ ਠੰਡ ਹੋ ਗਈ ਆ ਹੁਣ ਸਾਹਿਬ ਰਹਿ ਗਿਆ 7 ਕਿਲੋਮੀਟਰ ਢੰਗ ਰਹੀਆਂ ਹੈ ਇੱਥੇ 8 ਕਿਲੋਮੀਟਰ ਲਓ ਜੀ
ਗੁਰਦੁਆਰੇ ਤੋਂ ਥੋੜਾ ਪਿੱਛੇ ਪਹੁੰਚ ਗਏ ਆ, ਬਸ ਥੋੜਾ ਜਿਹਾ ਰਹਿ ਗਿਆ ਤੇ ਲਗਭਗ ਥੋੜੇ ਥੋੜੇ ਟਾਈਮ 'ਚ ਪਹੁੰਚ ਜਾਣਾ, ਪਹੁੰਚ ਗਈ ਆ ਲਗਭਗ ਗੁਰਦੁਆਰੇ 'ਚ। ਯਾਰ ਥੱਕ ਹੀ ਬਹੁਤ ਗਿਆ, ਮੈਂ ਤਾਂ ਬਹੁਤ ਥੱਕ ਗਿਆ ਯਾਰ, ਐਕਚੁਲੀ ਖੱਚਰ ਖੁੱਚਰ ਖੜੇ ਦੇਖ ਲਓ। ਤੇ ਯਾਰ ਆਪਾਂ ਹੁਣ ਪਹੁੰਚ ਗਏ ਹਾਂ ਕਮਰੇ 'ਚ, ਕਮਰੇ 'ਚ ਨਹੀਂ ਮਤਲਬ ਕਿ ਨਾਲ ਦਿਆਂ ਰੂਮ ਲੈ ਲਿਆ ਸੀਗਾ ਅਤੇ ਕਮਰੇ 'ਚ ਪਹੁੰਚ ਗਏ ਹਾਂ। ਅਤੇ ਬਸ ਹੁਣ ਚੱਲਦੇ ਹਾਂ ਗੁਰਦੁਆਰੇ, ਮੱਥਾ ਟੇਕਦੇ ਹਾਂ, ਲੰਗਰ ਖਾਂਦੇ ਹਾਂ ਅਤੇ ਸੋਣਾ ਬਸ, ਹੁਣ ਰੈਸਟ ਰੈਸਟ ਕਰੀਏ ਯਾਰ, ਫਿਰ ਕੱਲ੍ਹ ਦਾ ਸੋਚਦੇ ਹਾਂ ਕੀ ਕਰਨਾ, ਕੱਲ੍ਹ ਜਦ ਨਿਕਲਦੇ ਹਾਂ ਸਵੇਰੇ 4-5 ਵਜੇ। ਇੱਥੇ ਲਿਆ ਰੂਮ ਆਹ ਇੱਥੇ, ਆਹ ਹੈਗਾ ਥਾਣਾ ਘਾਂਗਰੀਆ, ਗੋਬਿੰਦ ਘਾਟ ਥਾਣੇ ਸਾਹਮਣੇ ਹੈਗਾ ਹੋਟਲ ਜਿਹਾ, ਉੱਥੇ ਲਿਆ। ਲਓ ਜੀ ਪਹੁੰਚ ਗਿਆ ਹੁਣ ਗੁਰਦੁਆਰੇ, ਅੰਦਰ ਚੱਲ ਕੇ ਮੱਥਾ ਟੇਕਦੇ ਹਾਂ, ਲੰਗਰ ਖਾਂਦੇ ਹਾਂ। ਗੁਰਦੁਆਰੇ ਚਲੇ ਗਏ ਅਸੀਂ, ਲੰਗਰ ਖਾ ਲਿਆ, ਮੱਥਾ ਨਹੀਂ ਟੇਕਿਆ ਕਿਉਂਕਿ ਕੱਲ੍ਹ ਟੇਕਾਂਗੇ, ਨਹਾਤੇ ਨਹੀਂ ਹੋਏ ਤਾਂ ਕਰਕੇ, ਜਦੋਂ ਨਹਾਵਾਂਗੇ ਕੱਲ੍ਹ ਸਵੇਰੇ ਮੱਥਾ ਟੇਕ ਕੇ ਚੱਲਾਂਗੇ ਨਾਲੇ।